ਸ਼ਰਾਫਤ ਨੇ ਮੇਰੀ ਜਾਨ ਲੈ ਲੈਣੀ ਆ। ਨਿਸ਼ਾਨਾ ਖਰਾਬ ਹੋਇਆ ਨਾਲ ਦੇ ਕੋਠੇ ਦੇ ਮੁਜਰਾ ਸੁਣਨ ਵਾਸਤੇ ਗਏ ਸੀ। ਅੱਛਾ, ਬਸ ਯਕਦਮ ਉੱਥੇ ਛਾਪਾ ਪੈ ਗਿਆ, ਛਾਲ ਮਾਰੀ ਆ, ਸਲਵਾਰ ਗਰੇਲੇ ਚ ਫਸ ਗਈ ਭਾਈ। ਜਿਸ ਤਰ੍ਹਾਂ ਗ੍ਰਿਲ ਵੱਜੀ ਹੈ ਨਾ, ਲੱਗਦਾ ਇਕੱਲੀ ਸਲਵਾਰ ਨਹੀਂ ਕਿ ਫਟੀ ਪਈ, ਭਾਈ ਦਾ ਸਿਰ ਵੀ ਫਟਿਆ ਹੋਏਗਾ। ਉਹ ਜਿਉਂਦਾ ਰਹਿ, ਆ ਤੇਰੀ ਜਗ੍ਹਾ ਤੇ ਇੱਕ ਹੋਰ ਹੁੰਦਾ, ਉਹਨੇ ਬੜੀ ਗੰਦੀ ਗੱਲ ਕਰਨੀ। ਆ ਵੀ ਸਲਵਾਰ ਸੀ, ਆ ਰਹਿਣਗੇ ਕਿਉਂ? ਆ ਤਾਂ ਮੈਨੂੰ ਲੱਗਦਾ ਮੇਰੀ ਦਾਦੀ ਜੀ ਆ ਗਈ, ਪਤਾ ਨਹੀਂ। ਮੰਮੀ ਕਹਾਂ ਬੋ ਕਿਉਂ ਆ ਰਹੀ ਹੈ? ਸਿਆਣੀ ਔਰਤ ਕਿਉਂ? ਆ ਜਦੋਂ ਸੀ ਰਹੇ ਹੋ ਨਾ, ਤੇ ਨਾ ਜਿਹੜੇ ਮੈਂ ਪਾਏ ਹੋਏ ਨਾ ਕੱਪੜੇ, ਇਹ ਵੀ ਸੀ ਰਹੇ। ਏਦਾਂ ਹੀ ਸਲਵਾਰ ਨੂੰ ਵਖਾ ਲਾਓ, ਏਦਾਂ ਹੀ ਸੀ ਦਿਓ ਇਹਨੂੰ। ਆਪਣੀ ਮਰਜ਼ੀ ਨਾਲ ਪਾੜ ਕੇ ਨਾ ਉੱਥੋਂ ਸੀ ਦਿਓ। ਇਹ ਸਲਾਈ ਦੇ ਕਿੰਨੇ ਪੈਸੇ ਲੈਣੇ ਹੋ? 3000। 3000 ਥੋੜਾ ਵਾ, ਅੱਲਾ ਦੀ ਕਸਮ ਤੇਰਾ ਨੀ 3000 ਬਣਦਾ। ਰੁਪਈਆ 10000 ਦਊਗਾ, ਸਾਰੇ ਕੱਪੜੇ ਸੀਨੇ ਆ, ਨਾਲ ਆ ਤਣੀਆਂ ਨੂੰ ਸਲਾਈ ਲਾ ਦੇ। ਉਹ ਸਾਰੇ ਕੱਪੜੇ ਲਾਈ ਨੇ ਨਾ, ਸੋਨਾ ਕੀ ਆ? ਮੇਰੇ ਹਿਸਾਬ ਚ ਨਾ ਸਮਾਣਾ ਕੁਛ ਨੀ, ਸਿਰਫ ਕਰੋਸ਼ੀਆ ਕਰਾਉਣਾ। ਸਾਰੇ ਕੱਪੜੇ ਤੁਸੀਂ ਸੀਨੇ ਆ ਜੀ? ਅਸੀਂ ਤੇ ਕੱਪੜੇ ਸੀ ਕਾਲੂ ਤੀਰੇ। ਆਪਾਂ ਦੁਕਾਨ ਹੀ ਖੋਲਦੇ ਦਾ, ਆਪ ਕਿਤੇ ਹੋਰ ਬਣਾ ਲਿਆ ਦੁਕਾਨ? ਹੋਰ ਨਾ ਖੋਲਿਓ, ਆ ਜਿਹੜੀ ਪਹਿਲੇ ਖੁੱਲੀ ਆ ਨਾ, ਇਹਨੂੰ ਚਲਾ ਲਓ। ਇਹ ਪਹਿਲੇ ਜ਼ਿਆਦਾ ਖੁੱਲ ਗਈ, ਇਹਦੇ ਚ ਬੰਦੇ ਬਹੁਤੇ ਫੈਣ ਲੱਗ ਪਏ। ਚੱਲੀਏ ਚੱਲੀਏ, ਇਸ ਤੋਂ ਪਹਿਲੇ ਮੇਰਿਆ
ਨਹਿਰ ਚ ਸਹੀ ਆ ਮਤਲਬ।